जी अस्सलाम वालेकुम, मैं हूं आपका होस्ट यूनस राजपूत। आप देख रहे हैं यूनस भी लोग, तो आज आपकी मुलाकात करवाते हैं फरुखाबाद से आए हुए फेमस टिकटॉकर, और इनको बुलाया गया था नदीम सेठी ने मोहम्मदपुरा में। तो इंटरव्यू जरा जो है, इंट्रोडक्शन तो उर्दू में करवाया, लेकिन इंटरव्यू जो है वो आपका इनका पंजाबी में करवाएंगे, और इनकी जो लातिनी जुबान है, इनकी खुद की जुबान है, और फेमस इनका डायलॉग भाई, थोड़ा फेमस डायलॉग कहड़ा है जी, जरा तुम बोलते हो, आवाम थोड़े डायलॉग की फैन है जी। भाई को लाइक करो, फॉलो करो, भाई बहुत चंगा बंदा है, भाई नु गोली मार दो, फैर मार दो। जो राणे साहब ने कहता हो क्या कहता जी, जो राणे ने कहता, राणे साहब ने कहता हो कहता। राणा साहब तुसी फरुखाबाद दे हो? हां जी भाजी, भाईयां जी असि तुहाडे को फरुखाबाद आईए ते तुसी साडी खातिर तवाजा करोगे? हां जी बिल्कुल करूंगे, ते असि अड्डे ते आ जांगे, तुसी किहदे ते लेके जाओगे सानू? गड्डी च। गड्डी केड़ी होएगी? फरुखाबाद दी गड्डी। गड्डी दा नाम होएगा कोई? कार। केड़ी कार? वड्डी कार। विच एसी लग्या होएगा? विच एसी लगा होगा। ते जेड़ी गड्डी तू आया ओ च एसी है सी? है, ओदे च एसी लगा होया। अच्छा, ते सिगटा किन्नियां पीतियां? सिगटियां मैं सिगटा वाह पी लंदा मैं। तू पहले कह रहे सी एक सिगट पीना वा, हुण तू चार। मैं भाई डब्बी पूरी पी सकदा तुहाडे सामने। अच्छा, हां जी, एह की रिकॉर्ड अल्लाह ने हिम्मत ही बड़ी दित्ती मैनूं। अच्छा, हां जी। नहीं ते तू फेमस किदा होया, इन्ना लोग तेरे, इन्नी फैन फ्रंट फॉलोइंग तेरी हो गई है, ए किदा फेमस होया? अल्लाह ने इज्जत दी भाजी मेनू। अच्छा, हाँ जी। पहली वीडियो जड़ी बनाई सी ओ केड़ी बनाई सी जिद वजह तो तू फेमस हो गया? ओ राई चढ़ गई सी, राणा थी पै गया, राणा थी पै गया। नहीं ते राणा तू थुक्का देना सट मुंह ते। ओ चढ़ गई सी, राणा थी पै गया। राणा तेरियां थुक्का मेरे मुंह ते आ रहीयां ते फिर की हो थुक सुट ली। क्या बात है जी, ये हमारे मेहमान है, तो थूक फेंक दे तो कुछ भी नहीं होता यार, ये उन्होंने खुद कहा है। हाँ जी राणा साहब, तुसी ये साडे नाजरी नु दसो जी, तुसी केड़े शहर विच आके बैठे हो? मंडी लोड आरे वाले। सारे केड़े आरे वाले? ਕਿਵੇਂ ਦਾ ਲੱਗਾ ਤੁਹਾਨੂੰ ਸ਼ਹਿਰ ਆਰਫ ਵਾਲਾ? ਮਾਹੌਲ ਲੱਗਾ ਭਾਜੀ, ਆ ਗ੍ਰੈਂਡ ਸਿਟੀ ਜਿਹੜੀ ਸਭ ਤੋਂ ਵੱਡੀ ਕਲੋਨੀ ਹੈ ਆਰਫ ਵਾਲੇ ਦੀ, ਇਹ ਕਿੱਦਾਂ ਦੀ ਲੱਗੀ ਤੁਹਾਨੂੰ? ਬੜੀ ਚੰਗੀ ਲੱਗੀ ਭਾਜੀ। ਅੱਛਾ ਜੀ, ਮਾਨਸ ਸਟੇਟ ਏਜੰਸੀ ਤੇ ਤੁਸੀਂ ਬੈਠੇ ਹੋ? ਹਾਂਜੀ। ਤੇ ਇੱਥੋਂ ਇੱਥੇ ਦੇ ਮਾਹੌਲ ਦੇ ਬਾਰੇ ਚ ਕੀ? ਇੱਥੇ ਦਾ ਚੰਗਾ ਮਾਹੌਲ ਇੱਥੋਂ ਦਾ। ਅੱਛਾ, ਤੇ ਚਾਹ ਦੇ ਕੱਪ ਕਿੰਨੇ ਪੀਣੇ ਆ? ਦੋ ਤਿੰਨ ਪੀ ਲੂੰਗਾ ਮੈਂ। ਪਹਿਲੇ ਤੁਸੀਂ ਕਹਿ ਰਹੇ ਸੀ ਇੱਕ ਪੀਣਾ ਵਾ? ਦੋ ਕੱਪ ਪੀ ਲੂੰਗਾ ਚਾਹ ਦੇ। ਦੋ ਕਿਹਦੇ ਕਿਹਦੇ ਨਾਮ ਦੇ? ਸਾਰੇ ਭਰਾਵਾਂ ਦੇ ਨਾਂ ਦੇ। ਅੱਛਾ, ਹਾਂਜੀ। ਤੇ ਇੱਕ ਵਾਰੀ ਮੈਂਸ਼ਨ ਕਰਦੇ ਕਿਹਾ ਵੀ ਜਿਹੜਾ ਰਾਣੇ ਨੂੰ ਚੈਲੰਜ ਕਰੇਗਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ। ਮੈਂ ਕਦੀ ਨਹੀਂ ਇੰਜ ਕਹਿਣਾ। ਫਿਰ ਕਿੱਦਾਂ ਕਹਿਣਾ? ਮੇਰੇ ਭਰਾ, ਮੈਂ ਕਦੀ ਨਹੀਂ ਇੰਜ ਕਹਿਣਾ। ਕਹਿ ਫਿਰ ਮੇਰੇ ਸਾਰੇ ਭਰਾ ਵਾ? ਮੇਰੇ ਸਾਰੇ ਭਰਾ, ਮੈਂ ਕਹਿ ਤਾਂ ਮੇਰੇ ਸਾਰੇ ਭਰਾ ਆ। ਸਾਰਿਆਂ ਨੂੰ ਫੇਮਸ ਕਰਨਾ, ਸਾਰੇ ਫੇਮਸ ਕਰ ਦੇਣਾ ਰਾਣੇ ਨੇ। ਦੋ ਰਾਣੇ ਸਾਹਿਬ ਨੇ ਕਹਿਤਾ ਉਹ ਕਹਿਤਾ, ਜੋ ਰਾਣੇ ਨੇ ਕਹਿਤਾ ਤੇ ਉਹ ਕਹਿਤਾ ਕਹਿਤਾ। ਰਾਣਾ ਸਾਹਿਬ, ਆਰਵਾਲੇ ਦੀ ਵਾਮ ਆ ਤੁਹਾਨੂੰ ਬੜਾ ਸਪੋਰਟ ਕਰਨ ਆਈ ਹੈ, ਤੁਹਾਡੇ ਪਿੱਛੇ ਆਈ ਹੈ, ਗੱਡੀ ਸੀ ਤੁਹਾਡੀ ਅੱਗੇ ਪਿੱਛੇ ਪਿੱਛੇ ਵਾਮ ਸੀ, ਕਿਵੇਂ ਦੀ ਲੱਗੀ ਆਰਵਾਲੇ ਦੀ ਵਾਮ? ਲੱਗੀ ਭਾਜੀ, ਆਰਫਾਲੀ ਦੀ ਵਾਮ ਕਿੱਦਾਂ ਦੀ ਲੱਗੀ? ਭਾਈ ਚੰਗੀ ਲੱਗੀ ਮੈਨੂੰ। ਖਾਣਾ ਖਵਾਇਆ ਨਦੀਮ ਸੇਠੀ ਨੇ ਤੈਨੂੰ, ਕਿੱਦਾਂ ਦਾ ਲੱਗਾ? ਬਹੁਤ ਅੱਛਾ ਲੱਗਾ। ਚੰਗਾ, ਆ ਚੰਗਾ ਲੱਗਾ। ਤੇ ਇਹ ਚੈਨ ਜਿਹੜੀ ਪਾਈ ਬੜੀ ਖੂਬਸੂਰਤ ਲੱਗ ਰਹੀ ਹੈ। ਹਾਂਜੀ, ਬੜੀ ਸੋਹਣੀ ਦਿੱਤੀ ਇਹ। ਕਿੱਥੋਂ ਲਈ ਆ ਚੈਨ? ਭਰਾ ਨੇ ਦਿੱਤੀ ਮੈਨੂੰ। ਅੱਛਾ, ਇਹ ਕਹਿ ਰਿਹਾ ਸੀ ਵੀ ਘੜੀ ਵੀ ਦੇਣੀ ਆ। ਘੜੀ ਦੇਣੀ ਇਹਨੇ ਹੁਣ ਮੈਨੂੰ। ਡੱਬਾ ਬੈਗ ਦੇਗਾ ਜਾਂ ਨਸਾਂ ਕੀ ਡੈਣ? ਡੱਬਾ ਬੈਗ ਦੇਣਾ ਇਹਨਾਂ ਨੂੰ। ਅੱਛਾ, ਡੱਬਾ ਬੈਗ ਦੇਣਾ। ਤੇ ਮੋਬਾਈਲ ਵੀ ਕੋਈ ਕਿਸੇ ਨੇ ਲੈ ਕੇ ਦਿੱਤਾ? ਮੋਬਾਈਲ ਨਹੀਂ ਲੈ ਕੇ ਦਿੱਤਾ ਹਲੇ ਤੱਕ। ਤੇਰੀ ਆਪਦੀ ਆਈ ਡੀ ਨਹੀਂ ਕੋਈ ਹੈ? ਨਹੀਂ ਭਾਜੀ, ਕੋਈ ਨਹੀਂ ਬਣੀ। ਕਿਉਂ ਨਹੀਂ ਬਣੀ? ਪਤਾ ਨਹੀਂ ਕਿਉਂ ਨਹੀਂ ਬਣੀ। ਬਣਾਓ ਨਾ, ਤੁਹਾਨੂੰ ਪਤਾ ਨਹੀਂ। ਬਣਾ ਲੈਣੇ, ਬਣਾਓ ਸਾਡੇ ਵਾਸਤੇ। ਚਲੋ ਬਣਾ ਲੈਣੇ ਭਾਜੀ। ਕੀ ਬਾਤ ਹੈ ਜੀ, ਕੀ ਬਾਤ ਹੈ। ਬਣਾ ਲੈਣੇ ਆ। ਐ ਭਾਈਆਂ ਅਲੀ ਅਸਗਰ ਸਾਹਿਬ ਬੈਠੇ ਨੇ ਜੀ, ਬਹੁਤ ਚੰਗੇ ਬੰਦੇ ਆ। ਹਾਂ, ਜਿਹੜੀ ਸਟੇਟ ਏਜੰਸੀ ਤੇ ਤੁਸੀਂ ਬੈਠੇ ਹੋ ਨਾ, ਇਹਦੇ ਓਨਰ ਨੇ ਜੀ। ਹਾਂਜੀ, ਬਹੁਤ ਚੰਗੇ ਬੰਦੇ ਆ। ਵੀ ਮਹਿਮਾਨ ਨਵਾਜ਼ੀ ਤੈਨੂੰ ਕਿੱਦਾਂ ਦੀ ਲੱਗੀ? ਬੜੀ ਸੋਹਣੀ ਲੱਗੀ ਭਾਜੀ। ਬੜੇ ਚੰਗੇ ਬੰਦੇ ਆ। ਖਾਣਾ ਕਿੱਦਾਂ ਦਾ ਲੱਗਿਆ? ਬੜਾ ਚੰਗਾ ਲੱਗਾ ਭਾਜੀ। ਕੋਸ਼ਿਆ ਮੈਂ ਬੜਾ ਇਹਨਾਂ ਦੇ, ਰਾਜੀ ਆ ਭਾਜੀ, ਰੱਜ ਕੇ ਖਾਧਾ। ਨਹੀਂ ਬਸ ਰੱਜ। ਅੱਛਾ, ਢਿੱਡ ਜਿਹੜਾ ਵੱਡਾ ਵਾ ਇਹਦੇ ਚ ਕੀ ਆ? ਇਹਦੇ ਤਾਂ ਸੱਪ ਏ, ਇਹਦੇ ਚ ਸੱਪ ਜਿਹਨੂੰ ਮਾਰਦਾ ਵੀ ਛੱਡਦਾ ਨੀ ਹੈਗਾ। ਇਹ ਤਾਂ ਸੱਪ ਵੜਿਆ ਮੈਂ ਯਾਰ। ਆ ਮਹਾਦ ਗੁੱਜਰ ਨੂੰ ਲੈ ਕੇ ਜਾਣਾ ਵਾ? ਗੁੱਜਰ ਮੇਰਾ ਭਰਾ ਏ। ਨਹੀਂ, ਫਰੂਖਾਬਾਦ ਨੂੰ ਲੈ ਕੇ ਜਾਣਾ ਵਾ? ਕੀ ਕਰਵਾਣਾ? ਗੱਡੀ ਚ ਲੈ ਜਾ। ਕੀ ਕਰਵਾਣਾ ਇਹਦੇ ਕੋ? ਇਹਦੇ ਕੋਲ ਬੰਦਾ ਮਰਾਣਾ। ਕਿਹੜਾ ਵਾ ਬੰਦਾ? ਗੱਡੀ ਦਾ ਹੈਗਾ ਏ, ਅਸ਼ਫਰ ਕ੍ਰੈਸ਼ੀ ਦਰਬਾਰ ਵਾਲਾ। ਅੱਛਾ, ਉਹਦੀਆਂ ਲੱਤਾਂ ਬਣਾਉਣੀਆਂ ਮੈਂ। ਉਹ ਕੀ ਕਰਦਾ? ਗਾਣਾ ਕੱਢਦਾ ਬੰਦਿਆਂ ਨੂੰ ਉੱਥੇ। ਤੇਰੇ ਕੋ ਨਹੀਂ ਕੁਛ ਹੁੰਦਾ? ਮੇਰੇ ਮੈਨੂੰ ਉਹਨੇ ਕੀ ਕਹਿਣਾ? ਮੈਂ ਕਿਹੜਾ ਡਰਦਾ? ਇਹ ਲੱਤ ਮੇਰੇ ਉੱਤੇ ਲੱਤ ਰੱਖ ਲਈ ਤੂੰ, ਤੂੰ ਭਰਾ ਲੱਗਦਾ। ਅੱਛਾ, ਹਾਂ, ਕਿਆ ਬਾਤ ਹੈ ਜੀ। ਤੇ ਤੂੰ ਇੱਧਰ ਆਵਾਮ ਨੂੰ ਇਹ ਦੱਸ ਕਿ ਮੈਂ ਇੱਥੇ ਆਇਆ ਵਾਂ ਤੇ ਸਾਨੂੰ, ਮੈਨੂੰ ਆਰਫ ਵਾਲੀ ਦੀ ਆਵਾਮ ਨੇ ਕਿਵੇਂ ਦਾ ਪ੍ਰੋਟੋਕਾਲ ਦਿੱਤਾ? ਬੜਾ ਚੰਗਾ ਦਿੱਤਾ ਭਾਜੀ, ਬੜਾ ਚੰਗਾ ਦਿੱਤਾ ਮੈਨੂੰ। ਤਾਰ ਨੂੰ ਖਿੱਚ ਪੈ ਰਹੀ ਆ? ਤਾਰ ਨੂੰ ਖਿੱਚ ਪੈਣ ਦੀ ਹੀ ਹੈ।
ਨਹੀਂ ਤੇ ਜਿਹੜਾ ਬੰਦਾ ਜਿਹੜਾ ਮਰਵਾਣਾ ਵਾ ਹਮਾਦ ਗੁੱਜਰ ਕੋਲ ਹਮਾਦ ਗੁੱਜਰ ਕੋ ਮਰਾਣਾ ਤੇ ਹਮਾਦ ਗੁੱਜਰ ਕੋ ਤਾਂ ਕੁਝ ਹੈ ਹੀ ਨਹੀਂ ਉਹ ਕਿੱਦਾਂ ਮਾਰੇਗਾ ਬੰਦਾ ਮੈਂ ਮਾਰ ਦੇਣਾ ਗੋਲੀ ਮਾਰ ਕੇ ਠਾ 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 ਗੋਲੀ ਮਾਰ ਕੇ ਮੈਂ ਮਾਰ ਦੇ ਜੇ ਜੇ ਉਹ ਹਮਾਦ ਗੁੱਜਰ ਨੂੰ ਸਿੱਧਾ ਹੋ ਗਿਆ ਫਿਰ ਤੇ ਮੈਂ ਉਹਨੂੰ ਸਿੱਧਾ ਹੋ ਜਾਣਾ ਓਏ ਹੋਏ ਬੈਕਅਪ ਪੂਰਾ ਹੈ ਬੜਾ ਸਾਈਡ ਤੇ ਕਰ ਦੂੰਗਾ ਮੈਂ ਬੜੀ ਮਾਰ ਕੇ ਬੜਾ ਮਾਰਨਾ ਗੋਲੀ ਮਾਰ ਕੇ ਸੁੱਟ ਦੇਣਾ ਮੈਨੂੰ ਰਾਣ ਸਾਹਿਬ ਲਾਹੌਰ ਵਾਲੀ ਦੱਸੋ ਇਹਨਾਂ ਨੂੰ ਜਿਹੜੀ ਉਹ ਫਾਇਰਿੰਗ ਹੋਈ ਜਿਹੜੀ ਮਸਲ ਕੇ ਯੂਨਸ ਭਾਈ ਨੂੰ ਤੁਸੀਂ ਦੱਸੋ ਹਣਾ ਫਿਰ ਕੀ ਬਣਿਆ ਉਹ ਬੰਦੇ ਨੇ ਸ਼ਰਾਬ ਪੀਤੀ ਸੀ ਫਿਰ ਤੂੰ ਉਹਦੀ ਸ਼ਰਾਬ ਲਾਤੀ ਸੀ ਉਹ ਮੇਰੇ ਭਰਾ ਲਈ ਨੇ ਪੁਲਿਸ ਨੇ ਲਾਤੀ ਉਹਦੀ ਤੇਰਾ ਭਰਾ ਪੁਲਿਸ ਦੇ ਵਿੱਚ ਆ ਹਾਂਜੀ ਥਾਣੇਦਾਰ ਹੈ ਕਿਆ ਬਾਤ ਪੁਲਿਸ ਵਾਲਾ ਕਿਹੜੀ ਜਗ੍ਹਾ ਤੋਂ ਤੂੰ ਨਹੀਂ ਵੇਖਿਆ ਹਲੇ ਮੈਨੂੰ ਤੂੰ ਵਿਖਾਏਗਾ ਮੈਂ ਤੇਰੇ ਕੋਲ ਆਵਾਂਗਾ ਤੂੰ ਮੇਰੀ ਤੂੰ ਮੈਨੂੰ ਉੱਥੋਂ ਪਿੱਕ ਕਰਕੇ ਲੈ ਕੇ ਜਾਏਗਾ ਫਿਰ ਹੀ ਤੇਰੇ ਭਰਾ ਨਾਲ ਮਿਲਾਂਗਾ ਮੈਂ ਤੈਨੂੰ ਉਹਨੇ ਮਾਰ ਦੇਣਾ ਹੀ ਮੈਨੂੰ ਕਿ ਮਾਰਨਾ ਮਾਰ ਦੇਣਾ ਤੈਨੂੰ ਉਹਨੇ ਯਾਰ ਮੈਂ ਤਾਂ ਤੇਰਾ ਭਰਾ ਵਾਂ ਯਾਰ ਤੈਨੂੰ ਮਾਰ ਦੇਣਾ ਉਹਨੇ ਮੇਰੀ ਗੱਲ ਸੁਣ ਮੈਂ ਤੇਰਾ ਭਰਾ ਵਾਂ ਭਰਾ ਲੱਗਦਾ ਨਾ ਤੈਨੂੰ ਮਾਰ ਦੇਣਾ ਹੀ ਨਾ ਯਾਰ ਇਦਾਂ ਦਾ ਜ਼ੁਲਮ ਨਾ ਕਰੀ ਅਲੇ ਗੁੱਜੜੀ ਤੇ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਆਵਾਮ ਨੂੰ ਕਹਿਣਾ ਚਾਹੁੰਦੇ ਆ ਔਰ ਵਾਲੇ ਦੇ ਬਾਰੇ ਚ ਕੁਛ ਕਹਿਣਾ ਚਾਹੁੰਦੇ ਹੋ ਦੱਸੋ ਬਹੁਤ ਚੰਗੇ ਬੰਦੇ ਆ ਕਿਹੜਾ ਬੰਦਾ ਸਭ ਤੋਂ ਜ਼ਿਆਦਾ ਚੰਗਾ ਲੱਗਾ ਸਾਰੇ ਭਰਾ ਨਜਮ ਹਾਸ਼ਮੀ ਮਨਾਲ ਸਟੇਟ ਏਜੰਸੀ ਤੇ ਤੂੰ ਆਇਆ ਵਾ ਹਾਂਜੀ ਪਲਾਟ ਲੈਣਾ ਪਲਾਟ ਇੱਥੋਂ ਲੈਣਾ ਮੈਂ ਕਿੰਨੇ ਮਰਲੇ ਦਾ 5 ਲੱਖ ਦਾ ਓ ਕਿਆਰਾ ਤੇਰੀ 5 ਲੱਖ ਦਾ ਲੈਣਾ 5 ਲੱਖ ਦਾ ਹਾਂਜੀ 5 ਲੱਖ ਦਾ ਲੈਣਾ ਸਾਹਿਬ ਇਹਨੂੰ ਯੂਨਸ ਭਾਈ ਨੂੰ ਦੱਸੋ ਵੀ ਡੋਲੀ ਨੇ ਤੇ ਮੈਂ ਇੱਥੇ ਰਹਿਣਾ ਡੋਲੀ ਨੇ ਮੈਂ ਇੱਥੇ ਦੋਹਾਂ ਰਹਿਣਾ ਓ ਯਾਰ ਅਸੀਂ ਟਿਕਟੋਕ ਤੇ ਵੀਡੀਓ ਪਾਨੇ ਸਾਡੀ ਵੀਡੀਓ ਫੇਮਸ ਨਹੀਂ ਹੁੰਦੀ ਸਾਡੀ ਪਤਾ ਨਹੀਂ ਕਿਉਂ ਨਹੀਂ ਚੜਦੀ ਸਾਡੀ ਚੜ ਜਾਂਦੀ ਹੈ ਯਾਰ ਤੂੰ ਸਾਨੂੰ ਇੱਕ ਟ੍ਰਿਕ ਦੱਸ ਨਾ ਵੀ ਇਹ ਕਿੱਦਾਂ ਫੇਮਸ ਹੁੰਦਾ ਬੰਦਾ ਅੱਲਾ ਨੇ ਇੱਜ਼ਤ ਦਿੱਤੀ ਭਰਾਵਾ ਅਸਾਂ ਕੀ ਕਰੀਏ ਹਾਂ ਇਹ ਤਾਂ ਗੱਲ ਤੇਰੀ ਠੀਕ ਆ ਅੱਲਾ ਨੇ ਇੱਜ਼ਤ ਦਿੱਤੀ ਬੜੀ ਕੁੜੀਆਂ ਤੇਰੇ ਨਾਲ ਬਣੀਆਂ ਫਿਰਦੀਆਂ ਮੇਰੇ ਨਾਲ ਫਿਰਦੀਆਂ ਕਮਾਲ ਹੈ ਯਾਰ ਕਮਾਲ ਯਾਰ ਇਹ ਵੀ ਇੱਜ਼ਤ ਦੀ ਗੱਲ ਹੈ ਇਹ ਤਾਂ ਇੱਜ਼ਤ ਦੀ ਗੱਲ ਹੈ ਬੜੀਆਂ ਬੜੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਨਾਲ ਲੈ ਕੇ ਫਿਰਦਾ ਫਿਰਦੀਆਂ ਮੇਰੇ ਕੀ ਬਾਤ ਹੈ ਯਾਰ ਤੇ ਰਾਣੇ ਦੀ ਕੀ ਬਾਤ ਹੈ ਰਾਣਾ ਜੋ ਕਹਿੰਦਾ ਦੋ ਰਾਣੇ ਨੇ ਕਹਿਤਾ ਉਹ ਕਹਿਤਾ ਉਹ ਕਹਿਤਾ ਰਾਣੇ ਸਾਹਿਬ ਨੇ ਕਹਿਤਾ ਉਹ ਕਹਿਤਾ ਲੋ ਜੀ ਰਾਣੇ ਨੇ ਜੋ ਕਹਿਤਾ ਉਹ ਕਹਿਤਾ ਟਿਕਟੋਕ ਫੇਮਸ ਸਟਾਰ ਇੰਟਰਵਿਊ ਕੀਤਾ ਜੀ ਤੇ ਬਹੁਤ ਹੀ ਅੱਛਾ ਲੱਗਿਆ ਇਹ ਰਾਣਾ ਸਾਹਿਬ ਨੇ ਇਹ ਆਰੇਵਾਲਾ ਸਿਟੀ ਦੇ ਵਿੱਚ ਆਏ ਨੇ ਤੇ ਨਦੀਮ ਸੇਟੀ ਸਾਹਿਬ ਨੇ ਆਪਣੇ ਮਾਸ਼ਾਅੱਲਾ ਬਹੁਤ ਹੀ ਅੱਛੇ ਭਾਈ ਨੇ ਇਹ ਲੈ ਕੇ ਆਏ ਨੇ ਭਾਈ ਨੂੰ ਤਾਂ ਬੜਾ ਅੱਛਾ ਇਹਨਾਂ ਨੇ ਰਿਸਪੋਂਸ ਦਿੱਤਾ ਉਸ ਤੋਂ ਬਾਅਦ ਇਹਨਾਂ ਨੂੰ ਖਾਣਾ ਖਵਾਇਆ ਹੁਣ ਸਿਗਟਾਂ ਹੀ ਡੱਬੀ ਪੀ ਕੇ ਹਟੇ ਨੇ ਇਸ ਤੋਂ ਬਾਅਦ ਚਾਹ ਪੀਣਗੇ ਔਰ ਨਦੀਮ ਸੇਟੀ ਦੇ ਮਸ਼ਹੂਰ ਹਾਂ ਭਾਈ ਉਹਨਾਂ ਨੇ ਸਾਨੂੰ ਇੰਟਰਵਿਊ ਲੈ ਕੇ ਦਿੱਤਾ ਇਹਨਾਂ ਦਾ ਤੇ ਬੇਹੱਦ ਮਸ਼ਹੂਰ ਹਾਂ ਜੀ ਇਹਨਾਂ ਸਾਰੇ ਭਾਈਆਂ ਦਾ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਤੇ ਸਭ ਤੋਂ ਜ਼ਿਆਦਾ ਮਸ਼ਹੂਰ ਹਾਂ ਜੀ ਰਾਣਾ ਸਾਹਿਬ ਦਾ ਜਿਨ੍ਹਾਂ ਨੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਤੇ ਮਜ਼ਾਇਆ ਗੱਲਾਂ ਕੀਤੀਆਂ ਤੇ ਸਾਰੇ ਆਪਣੇ ਫਾਲੋਵਰ ਨੂੰ ਆਪਣਾ ਆਪ ਦੀਦਾ ਕੀਤਾ ਤੇ ਇਹ ਆਏ ਸੀ ਮੁਹੰਮਦਪੁਰਾ ਨਦੀਮ ਸਾਹਿਬ ਕੋਲ ਨਦੀਮ ਕੋ ਆਏ ਸੀ ਕਿਹਦੇ ਕੋ ਆਏ ਸੀ ਨਦੀਮ ਸੇਠੀ ਨਦੀਮ ਸੇਠੀ ਤੇ ਨਦੀਮ ਸੇਠੀ ਇਹਦਾ ਦੋਸਤ ਬਣ ਗਿਆ ਤੇ ਇਨਸ਼ਾਅੱਲਾ ਦੁਬਾਰਾ ਫਿਰ ਬੁਲਾਵਾਂਗੇ ਹਾਂ ਤੇ ਇਸੇ ਪੇਜ ਨੂੰ ਇਸੇ ਯੂਟਿਊਬ ਚੈਨਲ ਨੂੰ ਅਗਰ ਜੇ ਹੋਰ ਵੀਡੀਓ ਵੇਖਣੀਆਂ ਰਾਣੇ ਦੀਆਂ ਤੇ ਇਸੇ ਯੂਟਿਊਬ ਚੈਨਲ ਨੂੰ ਫੋਲੋ ਕਰੋ ਤੇ ਖੁਦਾ ਤੁਹਾਡਾ ਹਾਮੀ ਨਾਸਿਰ ਹੋ ਆਪਦੇ ਹੋਸਟ ਯੂਨਸ ਰਾਜਪੂਤ ਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼।